ਕਿ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਘਟਨਾਕਰਮ ਇੰਦੌਰ ਦੇ ਇੱਕ ਗੁਰਦਰਾ ਸਾਹਿਬਾਨ ਦੇ ਵੱਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੀ ਉੱਪਰ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਵਾਪਰਿਆ ਉਸ ਦੇ ਬਾਰੇ ਤਕਰੀਬਨ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਪਲੀ ਭਾਂਤ ਜਾਣੂ ਨੇ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਕੌਮ ਦੇ ਪ੍ਰਸਿੱਧ ਕੀਰਤਨੀਏ ਤੇ ਮੇਰੇ ਛੋਟੇ ਵੀਰ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਹੋਣਾ ਨੇ ਜਿਸ ਤਰ੍ਹਾਂ ਦੇ ਨਾਲ ਮੌਕੇ ਦੇ ਉੱਪਰ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਤੇ ਮੇਰੇ ਖਿਆਲ ਦੇ ਨਾਲ ਇਹ ਵੀ ਉਹਨਾਂ ਨੇ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ ਜਿੱਥੋਂ ਤੱਕ ਖਾਸ ਕਰਕੇ ਅੰਦੌਰ ਦੀਆਂ ਬਹੁਤ ਸਾਰੀਆਂ ਅਧੀਆਂ ਜਿਹੜੀਆਂ ਗੁਰਦਵਾਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦਾ ਸਬੰਧ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਦੀ ਨਾ ਕਿਤੇ ਅਖਬਾਰਾਂ ਦੇ ਵਿੱਚ ਗਾਹੇ-ਬਗਾਹੇ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੇ ਕਿਸੇ ਪ੍ਰਬੰਧਕ ਵੱਲੋਂ ਕੋਈ ਨਾ ਕੋਈ ਖਬਰ ਜਿਹੜੀ ਹੈ ਉਹ ਤਕਰੀਬਨ ਸੁਰਖੀਆਂ ਦਾ ਸ਼ਿੰਗਾਰ ਜਿਹੜੀ ਆ ਉਹ ਬਣੀ ਰਹਿੰਦੀ ਹੈ ਤੇ ਜੇਕਰ ਸਮੁੱਚੇ ਅਸੀਂ ਵਰਤਾਰੇ ਦੀ ਗੱਲ ਕਰੀਏ ਤਾਂ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਬਹੁਤ ਵਾਰੀ ਇੰਜ ਹੋਇਆ ਹੈ ਕਿ ਸਿੱਖ ਵਿਰੋਧੀ ਵਿਚਾਰਧਾਰਾ ਵਾਲੇ ਜਾਂ ਕਿਤੇ ਨਾ ਕਿਤੇ ਸਿੱਖਾਂ ਦੀ ਨਸਲ ਕੁਸ਼ੀ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੇ ਪ੍ਰਬੰਧਕਾਂ ਦੇ ਵੱਲੋਂ ਜਾਂ ਤੇ ਸਨਮਾਨਿਤ ਕੀਤੇ ਜਾਂਦੇ ਨੇ ਜਾਫਰ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਚ ਰਾਜਨੀਤਿਕ ਸਬੰਧ ਜਿਹੜੇ ਨੇ ਉਹ ਜ਼ਰੂਰ ਰੱਖੇ ਜਾਂਦੇ ਨੇ ਜੇਕਰ ਅਸੀਂ ਸਾਰੇ ਵਰਤਾਰੇ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਭਾਈ ਮਨਪ੍ਰੀਤ ਸੁੰਗੜ ਹੋਣਾ ਨੇ ਮਨਪ੍ਰੀਤ ਸਿੰਘ ਕਾਨਪੁਰੀ ਹੋਣਾ ਨੇ ਜਿਸ ਤਰ੍ਹਾਂ ਸਟੇਜ ਦੇ ਉੱਪਰ ਕੀਰਤਨ ਕਰਨ ਤੋਂ ਪਹਿਲਾਂ ਮੈਨੂੰ ਇੰਝ ਲੱਗਦਾ ਕਿ ਬਹੁਤ ਚੰਗੀ ਦ੍ਰਿੜਤਾ ਔਰ ਜ਼ੁਰਤ ਦਾ ਜਿਹੜਾ ਮਜ਼ਹਹਿਰਾ ਉਹ ਕੀਤਾ ਹੈ ਕਿ ਉਹਨਾਂ ਨੇ ਬਾਕਾਇਦਾ ਜਿੱਥੇ ਇੱਕ ਪ੍ਰਣ ਰੂਪ ਦੇ ਚ ਇਹ ਗੱਲ ਵੀ ਕਹੀ ਹੈ ਤੇ ਮੈਨੂੰ ਲੱਗਦਾ ਕਿ ਪ੍ਰਬੰਧਕਾਂ ਦੇ ਵਾਸਤੇ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਕੌਮ ਦਾ ਇੱਕ ਪ੍ਰਸਿੱਧ ਕੀਟਨੀਆ ਜਿਹੜਾ ਉਹ ਮੰਚ ਦੇ ਉੱਪਰ ਇਹ ਗੱਲ ਬੰਗਾਰ ਕੇ ਕਹਿ ਦਵੇ ਕਿ ਤੁਹਾਡੀ ਜਮੀਰ ਮਰ ਚੁੱਕੀ ਹੈ ਤੁਹਾਨੂੰ ਸਰੂਪੇ ਦੀ ਅਹਿਮੀਅਤ ਦਾ ਕੋਈ ਪਤਾ ਨਹੀਂ ਜੇਕਰ ਤੁਹਾਡੀਆਂ ਇਹੀ ਜੜੀਆਂ ਨੇ ਮਰੀ ਜਮੀਰ ਵਾਲੀਆਂ ਕਰਤੂਤਾ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਫਿਰ ਇਹ ਜੇ ਹਾਲਾਤ ਜਾਂ ਫਿਰ ਈਮੇ ਦੀ ਨਸਲ ਕੁਸ਼ੀ ਵਾਸਤੇ ਤਿਆਰ ਰਹਿਣਾ ਪਵੇਗਾ ਇਦੇ ਤੋਂ ਇਲਾਵਾ ਇਹ ਹੀ ਨਹੀਂ ਮੈਂ ਕਿਨਾਂ ਕੋ ਉਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਕਿ ਅੱਜ ਤੋਂ ਬਾਅਦ ਮੈਂ ਅੰਦਰ ਦੇ ਵਿੱਚ ਕੀਰਤਨ ਕਰਨ ਵਾਸਤੇ ਵੀ ਨਹੀਂ ਆਵਾਂਗਾ ਤੇ ਮੈਨੂੰ ਲੱਗਦਾ ਹੈ ਕਿ ਭਾਈ ਮਨਪ੍ਰੀਤ ਸਿੰਘ ਹੁਣ ਆਪ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ ਇਸ ਦੀ ਤਾਇਦ ਜਿਹੜੀ ਹੈ ਸਮੁੱਚੀ ਮੇਰੇ ਖਿਆਲ ਨਾਲ ਕੌਮ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਸਾਡੇ ਕੀਰਤਨੀ ਜਥੇ ਨੇ ਸਾਡੇ ਕਥਾਵਾਚਕ ਨੇ ਸਾਡੇ ਰਾਗੀ ਵੀਰ ਨੇ ਕਵੀਸ਼ਰ ਵੀਰ ਨੇ ਢਾਡੀ ਵੀਰ ਨੇ ਪ੍ਰਚਾਰਕ ਨੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਸ ਗੱਲ ਦੀ ਤਾਇਦ ਵੀ ਕਰਨੀ ਚਾਹੀਦੀ ਆ ਔਰ ਕਿਤੇ ਨਾ ਕਿਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਹੁਣਾਂ ਨੇ ਜਿਹੜਾ ਸਟੈਂਡ ਲਿਆ ਉਹਦੇ ਨਾਲ ਖਲੋਣਾ ਵੀ ਚਾਹੀਦਾ ਕਿਉਂਕਿ ਅਕਸਰ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਪ੍ਰਬੰਧਕ ਕੋਈ ਨਾ ਕੋਈ ਕੁਤਾਹੀ ਕਰਦੇ ਨੇ ਤਾਂ ਜੇਕਰ ਕੋਈ ਕਥਾਵਾਚਕ ਜਾਂ ਪ੍ਰਚਾਰਕ ਦ੍ਰਿੜਤਾ ਦੇ ਨਾਲ ਕੋਈ ਸਟੈਂਡ ਲੈਂਦਾ ਹੈ ਤੇ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਪਰ ਇਸ ਮਸਲੇ ਦੇ ਵਿੱਚ ਖਾਸ ਕਰਕੇ ਭਾਈ ਮਨਪ੍ਰੀਤ ਸਿੰਘ ਹੁਣਾਂ ਦਾ ਜਿਹੜਾ ਮਸਲਾ ਹੈ ਕੋਈ ਨਿੱਜੀ ਨਹੀਂ ਆ ਔਰ ਇੱਕ ਖਿੱਤੇ ਦੇ ਨਾਲ ਜੁੜਿਆ ਵੀ ਨਹੀਂ ਹੈ ਇਹ ਸਮੁੱਚੀ ਕੌਮੀਅਤ ਦੇ ਇੱਕ ਸੰਤਾਪ ਦੇ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਉਹ ਮਸਲਾ ਹੈ ਕਿ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਗੁਰਨਾਨਕ ਸੱਚੇ ਪਾਤਸ਼ਾਹ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਸੀ ਤੇ ਉਹਦੇ ਵਿੱਚ ਕਾਂਗਰਸੀ ਆਗੂ ਤੇ ਜਿਹੜਾ ਮੱਧ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਵੀ ਹੈ ਕਮਲਨਾਥ ਉਸ ਨੂੰ ਬਕਾਇਦਾ ਤੌਰ ਦੇ ਉੱਪਰ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਸਟੇਜ ਦੇ ਉੱਪਰ ਉਹ ਬਕਾਇਦਾ ਨਾਮ ਲੈ ਲੈ ਕੇ ਉਸ ਨੂੰ આમંત્રਿਤ ਕੀਤਾ ਗਿਆ ਉਸ ਨੂੰ ਬੁਲਾਇਆ ਗਿਆ ਬੇਸ਼ੱਕ ਕਿ ਬਾਅਦ ਵਿੱਚ ਪ੍ਰਬੰਧਕਾਂ ਨੇ ਆਪਣੇ ਸਪਸ਼ਟੀਕਰਨ ਚ ਕਹਿ ਦਿੱਤਾ ਕਿ ਸਰੋਪਾਉ ਨਹੀਂ ਦਿੱਤਾ ਕੇਵਲ ਤੇ ਕੇਵਲ ਮੋਮੈਂਟੋ ਭੇਟ ਕੀਤਾ ਪਰ ਇਹ ਵੀ ਇਸ ਤਰ੍ਹਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਮਰੀਆਨੀ ਆਕੜਿਆ ਕਿ ਜਦੋਂ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਨਵੰਬਰ ਦਾ ਪਹਿਲਾ ਹਫਤਾ ਜਿਨ੍ਹਾਂ ਦਿਨਾਂ ਦੇ ਵਿੱਚ ਕੌਮ ਦੀ ਇੱਕ ਵੱਡੇ ਪੱਧਰ ਦੇ ਉੱਪਰ ਇੱਕ ਸਟੇਟ ਸਪੌਂਸਰਡ ਜਿਹੜੀ ਹੈ ਉਹ ਨਸਲ ਕੁਛੀ ਹੋਈ ਹੋਵੇ ਜਿਨ੍ਹਾਂ ਦਿਨਾਂ ਦੇ ਵਿੱਚ ਕੌਮ ਦੀ ਇੱਜ਼ਤ ਦਿੱਲੀ ਦੀਆਂ ਗਲੀਆਂ ਦੇ ਵਿੱਚ ਰੁਲੀ ਹੋਵੇ ਜਿਨ੍ਹਾਂ ਦਿਨਾਂ ਦੇ ਵਿੱਚ ਮਾਸੂਮ ਬੱਚੇ ਕੋਹ ਕੋਕੇ ਮਾਰ ਦਿੱਤੇ ਗਏ ਹੋਣ ਜਿਨ੍ਹਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨਾਂ ਤੇ ਬਜ਼ੁਰਗਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਹੋਵੇ ਧੀਆਂ ਦੀ ਬੇਪਤੀ ਕੀਤੀ ਹੋਵੇ ਤੇ ਉਹਨਾਂ ਦਿਨਾਂ ਦੇ ਵਿੱਚ ਉਸੇ ਹੀ ਸਿੱਖਾਂ ਦੇ ਸੰਤਾਪ ਦੇ ਜ਼ਿੰਮੇਵਾਰ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੱਦਾ ਦੇਣਾ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਹੀ ਸ਼ਰਮਨਾਕ ਵਰਤਾਰਾ ਹੈ ਔਰ ਖਾਸ ਕਰਕੇ ਜਦੋਂ ਅਸੀਂ ਇਸੇ ਸਾਰੇ ਕਮਲਨਾਥ ਦੇ ਵਰਤਾਰੇ ਦਾ ਅਸੀਂ ਸਾਰਾ ਜ਼ਿਕਰ ਕਰਦੇ ਆ ਤਾਂ ਤੁਹਾਨੂੰ ਯਾਦ ਹੋਵੇਗਾ ਕਿ 9 ਸਤੰਬਰ 2019 ਦੇ ਵਿੱਚ ਕਿਉਂਕਿ ਬੇਸ਼ੱਕ ਘਟਨਾ ਕਰਮ ਤੇ 1984 ਦੇ ਵਿੱਚ ਵਾਪਰਿਆ ਸੀ ਤੇ ਕਮਲਨਾਥ ਦੇ ਉੱਪਰੇ ਦੋਸ਼ ਸੀਗਾ ਕਮਲਨਾਥ ਨਹੀਂ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਤੇ ਇਹਨਾਂ ਦੇ ਵਰਕਰ ਪਰ ਮੋٹے ਤੌਰ ਦੇ ਉੱਪਰ ਜਿਹੜੇ ਵੱਡੇ ਪੱਦਰ ਦੇ ਆਗੂ ਸੀ ਉਹਨਾਂ ਦੇ ਵਿੱਚੋਂ ਹਰਕਿਸ਼ਨ ਲਾਲ ਭਗਤ ਜਗਦੀਸ਼ ਟਾਇਟਲਰ ਤੇ ਕਮਲਨਾਥ ਇਹ ਵੱਡੇ ਪੱਦਰ ਦੇ ਉਹ ਆਗੂ ਸੀ ਜਿਨ੍ਹਾਂ ਦੇ ਉੱਪਰ ਸਪਸ਼ਟ ਤੌਰ ਤੇ ਸਬੂਤ ਜਿਹੜੇ ਸੀਗੇ ਉਹ ਬਕਾਇਦਾ ਤੌਰ ਤੇ ਪ੍ਰਸੰਗਤ ਦੇ ਕੋਲ ਸੀ ਔਰ ਬਕਾਇਦਾ ਕੋਰਟ ਕਚੈਰੀਆਂ ਦੇ ਉੱਚੀ ਦਿੱਤੇ ਗਏ ਕਿ ਇਹਨਾਂ ਦੇ ਵੱਲੋਂ ਸਿੱਖਾਂ ਨੂੰ ਕਤਲ ਕਰਨ ਵਾਲੀਆਂ ਜਿਹੜੀਆਂ ਹਿੰਸਕ ਭੀੜਾਂ ਸੀ ਜਿਹੜੀਆਂ ਨਸਲਕੁਸ਼ੀ ਕਰਨ ਵਾਲੀਆਂ ਭੀੜਾਂ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਉਕਸਾਇਆ ਗਿਆ ਔਰ ਕਮਲਨਾਥ ਦੇ ਉੱਪਰ ਤਾਂ ਜਿਹੜੀ ਐਫ ਆਈ ਆਰ ਜਿਹੜੀ ਦੁਬਾਰਾ 1920 19 ਦੇ ਵਿੱਚ ਸਿਟ ਦੇ ਵੱਲੋਂ ਜਾਂਚ ਕਰਕੇ ਦੁਬਾਰਾ ਜਿਹੜਾ ਇਸ ਕੇਸ ਨੂੰ ਜਿਹੜਾ ਉਹ ਖੋਲਿਆ ਗਿਆ ਸੀਗਾ ਜਿਹੜਾ ਮੇਰੇ ਖਿਆਲ ਦੇ ਨਾਲ 601/84 ਨੰਬਰ ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਤਾਂ ਬਕਾਇਦਾ ਜ਼ਿਕਰ ਸੀਗਾ ਕਿ 1 ਨਵੰਬਰ 201984 ਨੂੰ ਜਦੋਂ ਗੁਰਦੁਆਰਾ ਰਕਾਬगंज ਸਾਹਿਬ ਦੇ ਉੱਪਰ ਹਮਲਾ ਹੋਇਆ ਤੇ ਉਸ ਵੇਲੇ ਉਸਪੀਡ ਦੀ ਅਗਵਾਈ ਜਿਹੜਾ ਕਮਲਨਾਥ ਕਰ ਰਿਹਾ ਸੀ ਸੋ ਜਿਹੜਾ ਵਿਅਕਤੀ 1984 ਚ ਸਿੱਖਾਂ ਦੀ ਨਸਲਕੁਸ਼ੀ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਉੱਪਰ ਕੀਤੇ ਜਾ ਰਹੇ ਹਿੰਸਕ ਹਮਲੇ ਦੀ ਅਗਵਾਈ ਕਰਦਾ ਤੇ ਉਸੇ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾ ਕੇ ਜਿਹੜਾ ਉਹ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਨਸਲਕੁਸ਼ੀ ਹੋਈ ਹੋਵੇ ਤੇ ਉਸ ਵਿਅਕਤੀ ਨੂੰ ਜਿਹੜਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਉਣਾ ਤੇ ਉਸ ਨੂੰ ਮੋਮੈਂਟੋ ਪੇਟ ਕਰਨਾ ਮੇਰੇ ਖਿਆਲ ਦੇ ਨਾਲ ਕੌਮ ਦੇ ਵਾਸਤੇ ਇਸ ਤੋਂ ਵੱਡਾ ਮਰੀਜ਼ ਜ਼ਮੀਰਵਾਰਾ ਵਰਤਾਰਾ ਕੋਈ ਨਹੀਂ ਹੋ ਸਕਦਾ ਪਰ ਇਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਵਾਪਰ ਚੁੱਕੀਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਦਿੱਲੀ ਕਮੇਟੀ ਦੇ ਪ੍ਰਲਾਹ ਸਿੰਘ ਚੰਡੋਕ ਦੇ ਵੱਲੋਂ ਟਾਈਟਲਰ ਨੂੰ ਕਿਰਪਾਣ ਪੇਟ ਕੀਤੀ ਗਈ ਸੀ ਬਹੁਤ ਸਾਰੀਆਂ ਗਾਹੇ ਬਗਾਹੇ ਇਹ ਸਿੱਖਾਂ ਦੇ ਵਿੱਚ ਘਟਨਾਵਾਂ ਜਿਹੜੀਆਂ ਇਹ ਵਾਪਰ ਰਹੀਆਂ ਨੇ ਸਭ ਤੋਂ ਵੱਡੀ ਗੱਲ ਕਿ ਜਿਸ ਤਰ੍ਹਾਂ ਭਾਈ ਮਨਪ੍ਰੀਤ ਸਿੰਘ ਹੁਣਾਂ ਦੀ ਗੱਲ ਕਹਿਣ ਤੋਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਉਹਨਾਂ ਦੇ ਹਮਾਇਤੀ ਵਿਅਕਤੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮਾਇਤੀ ਕੋਈ ਸਟੇ ਸਖਤਰ ਜਾਂ ਕੋਈ ਉੱਥੇ ਕੋਈ ਵਿਸ਼ੇਸ਼ ਬਲਾਰਾ ਹੋਵੇਗਾ ਉਹਨੇ ਮੀਰੀ ਪੀਰੀ ਦਾ ਸੰਕਲਪ ਉੱਥੇ ਦੱਸਣ ਦੀ ਜਿਹੜੀ ਉਹ ਯਤਨ ਕੀਤਾ ਵੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰਾਜਸੀ ਧਿਰ ਦੇ ਨਾਲ ਜਿਹੜੇ ਨੇ ਰਾਜਨੀਤਿਕ ਸਬੰਧ ਰੱਖਣੇ ਪੈਂਦੇ ਨੇ ਇਹ ਠੀਕ ਹੈ ਮਜਬੂਰੀ ਹੈ ਵਿਦੇਸ਼ਾਂ ਦੇ ਵਿੱਚ ਵੀ ਰੱਖਣੇ ਪੈਂਦੇ ਨੇ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਵੇਖਣਾ ਇਹ ਹੁੰਦਾ ਹੈ ਕਿ ਅਸੀਂ ਜਿਹੜੇ ਰਾਜਸੀ ਸਬੰਧ ਰੱਖਣੇ ਨੇ ਉਹਨਾਂ ਦੀ ਸੀਮਾ ਕੀ ਹੈ ਉਹਨਾਂ ਦੀ ਹੱਦ ਕਿੱਥੋਂ ਤੱਕ ਹੈ ਪਰ ਦੂਜੀ ਗੱਲ ਇਹ ਵੀ ਵੇਖਣੀ ਹੁੰਦੀ ਹੈ ਕਿ ਕਿਹੜੀ ਧਿਰ ਜਿਹੜੀ ਹੈ ਉਹ ਸਾਡਾ ਸਰੀਰਕ ਤੌਰ ਤੇ ਕਤਲੇਆਮ ਕਰ ਰਹੀ ਹੈ ਤੇ ਕਿਹੜੀ ਤਿਰ ਜਿਹੜੀ ਸਾਡਾ ਬૌਧਿਕ ਪੱਧਰ ਦੇ ਉੱਪਰ ਕਤਲੇਆਮ ਕਰ ਰਹੀ ਹੈ ਉਹਦੇ ਵਿੱਚ ਆਪਣੇ ਨਿਆਰੇਪਣ ਨੂੰ ਬਰਕਰਾਰ ਰੱਖਣਾ ਜਿਹੜਾ ਉਹ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ ਤੇ ਇਸ ਕਹਿ ਸਕਦੇ ਹੋ ਕਿ ਰਾਜਨੀਤਿਕ ਸਬੰਧਾਂ ਨੂੰ ਤੁਸੀਂ ਗੁਰਮਤ ਦੇ ਮੀਰੀ ਤੇ ਪੀਰੀ ਦੇ ਸੰਕਲਪ ਦੇ ਵਿੱਚੋਂ ਜੇਕਰ ਤੁਸੀਂ ਪਰਿਭਾਸ਼ਿਤ ਕਰਨ ਦਾ ਯਤਨ ਕਰਦੇ ਹੋ ਤੇ ਮੇਰੇ ਖਿਆਲ ਦੇ ਨਾਲ ਇਹ ਤੋਂ ਮੰਦ ਭਾਗਾ ਜਿਹੜਾ ਕਹਿ ਸਕਦੇ ਹੋ ਕਿ ਜਵਾਬ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਮੀਰੀ ਔਰ ਪੀਰੀ ਦੇ ਵਿੱਚ ਅਹਿਮ ਇਹ ਸੰਕਲਪ ਦੀ ਜਿਹੜੀ ਕਹਿ ਸਕਦੇ ਹੋ ਕਿ ਕੜੀ ਹੁੰਦੀ ਹੈ ਕਿ ਮੀਰੀ ਔਰ ਪੀਰੀ ਦੇ ਵਿੱਚ ਜਿਹੜੀ ਮੀਰੀ ਹੈ ਉਹ ਹਮੇਸ਼ਾ ਪੀਰੀ ਦੇ ਅਧੀਨ ਹੁੰਦੀ ਹੈ ਜਿਹੜੀ ਰਾਜਨੀਤਿਕ ਸ਼ਕਤੀ ਹੈ ਉਹ ਧਰਮ ਦੀ ਸੱਤਾ ਦੇ ਅਧੀਨ ਪ੍ਰਵਾਹਿਤ ਹੁੰਦੀ ਹੈ ਪਰ ਉਹਨਾਂ ਲੋਕਾਂ ਦੇ ਕਹਿ ਸਕਦੇ ਹੋ ਕਿ ਰਾਜਨੀਤਿਕ ਸੱਤਾ ਦੇ ਜਿਹੜੇ ਨੁਮਾਇੰਦੇ ਲੋਕ ਨੇ ਉਹਨਾਂ ਨੂੰ ਆਪਣੇ ਧਰਮ ਦੀ ਜਿਹੜੀ ਪੀਰੀ ਹੈ ਉਹਦੇ ਉੱਪਰ ਹਾਵੀ ਕਰਨਾ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਸਹੀ ਵਿਆਖਿਆ ਤੁਸੀਂ ਗਿਣ ਸਕਦੇ ਹੋ ਜਦੋਂ ਕਿ ਸਿੱਖ ਧਰਮ ਦੇ ਵਿੱਚ ਸਿੱਖ ਸਿਆਸਤ ਜਿਹੜੀ ਹੈ ਉਹ ਵੀ ਸਿੱਖ ਧਰਮ ਤੋਂ ਉੱਪਰ ਨਹੀਂ ਹੋ ਸਕਦੀ ਪਰ ਤੁਸੀਂ ਇੱਕ ਗੈਰ ਸਿੱਖ ਧਰਮ ਦੀ ਸਿਆਸੀ ਸ਼ਖਸੀਅਤ ਨੂੰ ਸਿੱਖਾਂ ਦੀ ਪੀਰੀ ਦੇ ਉੱਪਰ ਜਿਹੜਾ ਕਾਇਮੀ ਦਾ ਯਤਨ ਕਰ ਰਹੇ ਹੋ ਤਾਂ ਇਹ ਸਿੱਖ ਕੌਮ ਕਿਵੇਂ برداشت ਕਰ ਸਕਦੀ ਹੈ ਸੋ ਪਹਿਲੀ ਗੱਲ ਇਹ ਹੈ ਕਿ ਅਜਿਹੇ ਪ੍ਰਬੰਧਕਾਂ ਨੂੰ ਮੀਰੀ ਤੇ ਪੀਰੀ ਦੇ ਸੰਕਲਪ ਦੀਆਂ ਜਿਹੜੀਆਂ ਅਜਹੀਆਂ ਆਪਣੇ ਕੋਲੋਂ ਮਨਘੜਤ ਵਿਆਖਿਆਵਾਂ ਨੇ ਇਹਨਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਹੈ ਕਿ ਭਾਈ ਮਨਪ੍ਰੀਤ ਸਿੰਘ ਹੋਣਾ ਨੇ ਜਿਹੜਾ ਇਹ ਸਟੈਂਡ ਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸੇ ਦਰਅਸਲ ਤੇ ਜਦੋਂ ਜੇਕਰ ਅਸੀਂ ਡੁੰਗਾਈ ਦੇ ਨਾਲ ਸੋਚੀਏ ਤਾਂ ਜਿਹੜੀ ਪੰਜਾਬ ਦੀ ਸਾਡੀ ਆਪਣੀ ਸਿੱਖਾਂ ਦੀ ਕੋਈ ਰਾਜਸੀ ਜਿਹੜੀ ਪਾਰਟੀ ਆ ਜਾਂ ਰਾਜਸੀ ਜਿਹੜੀ ਸਾਡੀ ਜਥੇਬੰਦੀ ਹੈ ਉਹਦਾ ਆਧਾਰ ਇੰਨਾ ਕਾਇਮ ਹੋਣਾ ਚਾਹੀਦਾ ਸੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਜਿਹੜੇ ਆ ਉਹਦੇ ਕਲਾਵੇ ਦੇ ਵਿੱਚ ਹੁੰਦੇ ਪਰ ਉਹਦਾ ਆਪਣਾ ਆਧਾਰ ਤਾਂ ਹੁਣ ਪੰਜਾਬ ਦੇ ਵਿੱਚ ਵੀ ਹੌਲੀ ਹੌਲੀ ਖੁਰਦਾ ਜਾ ਰਿਹਾ ਪਰ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜਾ ਭਾਈ ਮਨਪੀਰ ਸਿੰਘ ਹੁਣਾਂ ਨੇ ਮੌਕੇ ਦੇ ਉੱਪਰ ਦ੍ਰਿੜਤਾ ਵਾਲਾ ਸਟੈਂਡ ਦੇ ਆ ਉਹ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਸਮਰਥਨ ਕਰਨਾ ਚਾਹੀਦਾ ਹੈ ਔਰ ਮੇਰੇ ਖਿਆਲ ਦੇ ਨਾਲ ਜਿੰਨਾ ਚਿਰ ਤੱਕ ਇਸ ਪ੍ਰਬੰਧਕ ਕਮੇਟੀ ਦੇ ਖਿਲਾਫ ਕੌਮ ਦੀ ਸਰਵੋੱਚ ਸੰਸਥਾ ਜਾਂ ਬਾਕੀ ਸੰਸਥਾਵਾਂ ਦੇ ਵੱਲੋਂ ਮਿਲ ਕੇ ਕੋਈ ਨਿਗਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਤੱਕ ਜਿਹੜੇ ਬਾਕੀ ਪ੍ਰਬੰਧਕ ਸਹਿਬਾਨ ਨੇ ਉਹਨਾਂ ਨੂੰ ਵੀ ਉਹਨਾਂ ਤੋਂ ਮੈਂ ਉਹਨਾਂ ਪ੍ਰਬੰਧਕ ਸਹਿਬਾਨ ਦੀ ਗੱਲ ਕਰਦਾ ਕਿ ਉੱਥੇ ਹੋਰ ਵੀ ਗੁਰਦਰਾ ਸਹਿਬਾਨ ਹੋਣਗੇ ਜਿੱਥੋਂ ਦੇ ਪ੍ਰਬੰਧਕ ਜਿਹੜੇ ਨੇ ਉਹ ਸਿਰਦ ਹੋਣਗੇ ਤੇ ਇਸ ਕਮੇਟੀ ਦੇ ਨਾਲ ਜਾਂ ਇਹਨਾਂ ਲੋਕਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਹੋਰ ਕੀਰਤਨੀ ਜਥੇ ਜਾਂ ਜਿਹੜੇ ਸਾਡੇ ਰਾਗੀ ਢਾਡੀ ਪ੍ਰਚਾਰਕ ਵੀਰ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿੱਥੇ ਭਾਈ ਮਨਪ੍ਰੀਤ ਸਿੰਘ ਦੀ ਡਟ ਕੇ ਸਪੋਰਟ ਕਰਨੀ ਚਾਹੀਦੀ ਸਮਰਥਨ ਕਰਨਾ ਚਾਹੀਦਾ ਉੱਥੇ ਨਾਲ-ਨਾਲ ਉਹਨਾਂ ਨੂੰ ਵੀ ਇਸ ਗੱਲ ਦੇ ਉੱਪਰ ਕਾਇਮ ਰਹਿਣਾ ਪਵੇਗਾ ਕਿ ਜੇਕਰ ਅਜਿਹੇ ਪ੍ਰਬੰਧਕ ਅਜਹੀਆਂ ਜਿਹੜੀਆਂ ਕੌਮ ਨੂੰ ਢਾਹ ਲਉਣ ਵਾਲੀਆਂ ਪ੍ਰਵਿਰਤੀਆਂ ਤੋਂ ਬਾਝ ਨਹੀਂ ਆਉਂਦੇ ਤਾਂ ਅਸੀਂ ਜਿਹੜਾ ਵਾ ਇਹਨਾਂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਨਹੀਂ ਭਰਾਂਗੇ ਵੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੰਗਤ ਦੇ ਕੋਲੋਂ ਮਾਇਆ ਇਕੱਠੀ ਕੀਤੀ ਜਾਂਦੀ ਹੈ ਉੱਥੇ ਸਿੱਖ ਪ੍ਰਚਾਰਕਾਂ ਨੂੰ ਸਿੱਖ ਕੀਰਤੀਆਂ ਨੂੰ ਬੁਲਾਇਆ ਜਾਂਦਾ ਹੈ ਤੇ ਜੇਕਰ ਸਾਰੇ ਉਸ ਧਾਰਮਿਕ ਸਮਾਗਮ ਦੇ ਵਿੱਚ ਆ ਜਾ ਕੇ ਕਹਿ ਸਕਦੇ ਹੋ ਕਿ ਉਹਨਾਂ ਲੋਕਾਂ ਨੂੰ ਸਿੱਖਾਂ ਦੇ ਸਾਹਮਣੇ ਪੇਸ਼ ਕਰਨਾ ਜਿਹੜੇ ਸਿੱਖਾਂ ਦੀ ਨਸਲ ਕੁਸ਼ੀ ਦੇ ਦੋਸ਼ੀ ਨੇ ਜਿਨ੍ਹਾਂ ਦੇ ਉੱਪਰ ਬਕਾਇਦਾ ਜਿਹੜੇ ਅਜੇ ਤੱਕ ਕੇਸ ਚੱਲ ਰਹੇ ਨੇ ਕਈ ਕਮਿਸ਼ਨ ਬਣੇ ਬੇਸ਼ੱਕ ਰਾਜਸੀ ਕਹਿ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਰਾਜਸੀ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਸੱਤਾ ਦੀ ਜਿਹੜੀ ਤਾਕਤ ਹੈ ਉਹਦੇ ਕਰਕੇ ਕਈ ਕਮਿਸ਼ਨ ਬਣੇ ਤੇ ਅਜੇ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਪਰ ਇਸ ਗੱਲ ਤੋਂ ਇਨਕਾਰਤ ਨਹੀਂ ਕੀਤਾ ਜਾ ਸਕਦਾ ਕਿ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਨੇ ਸੋ ਜਿੰਨਾ ਚਿਰ ਤੱਕ ਇਹ ਸਿੱਖਾਂ ਦੇ ਨੇੜੇ ਨਸਲਕੁਸ਼ੀ ਦੇ ਦੋਸ਼ੀ ਨੇ ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਕਹਿ ਸਕਦੇ ਹੋ ਕਿ ਸ਼ਮੂਲੀਅਤ ਕਰਨ ਦੀ ਜਿੰਨਾ ਚਿਰ ਤੱਕ ਇਹ ਹਿੰਮਤ ਰੱਖਦੇ ਨੇ ਉਹਨਾਂ ਚਿਰ ਤੱਕ ਸਾਨੂੰ ਵੀ ਇਹ ਹਿੰਮਤ ਰੱਖਣੀ ਪਵੇਗੀ ਕਿ ਅਸੀਂ ਉਸ ਸਟੇਜ ਦੇ ਉੱਪਰ ਜਾਣ ਤੋਂ ਗਰੇਜ ਕਰੀਏ ਜਿਸ ਸਟੇਜ ਦੇ ਉੱਪਰ ਸਿੱਖ ਨਸਲ 쿠ਸ਼ੀ ਦੇ ਕਿਸੇ ਵੀ ਦੋਸ਼ੀ ਨੂੰ ਸਨਮਾਨਿਤ ਕੀਤਾ ਜਾਵੇ ਜਾਂ ਬਲਾਇਆ ਜਾਵੇ ਸੋ ਇਨੀਆਂ ਕਿ ਬੇਨਤੀਆਂ ਪਰਫਾਨ ਫਿਰ ਆਖਰ ਦੇ ਵਿੱਚ ਮੈਂ ਇਹ ਕਹੂੰਗਾ ਕਿ ਸਾਨੂੰ ਭਾਈ ਮਾਨਪ੍ਰੀਤ ਸਿੰਘ ਕਾਨਪੂਰੀ ਜਿਹੜੇ ਨੇ ਉਹਨਾਂ ਦੀ ਸਾਨੂੰ ਡਟ ਕੇ ਸਪੋਰਟ ਕਰਨੀ ਚਾਹੀਦੀ ਹੈ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਉਹਨਾਂ ਨੇ ਮੌਕੇ ਦੇ ਉੱਪਰ ਬਹੁਤ ਹਜ਼ਰਤ ਦ੍ਰਿੜਤਾ ਔਰ ਦਲੇਰੀ ਦੇ ਨਾਲ ਸਟੈਂਡ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ